ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸੁਰਖੀਆਂ ਤੇ ਚਾਰ। ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ, ਹਰਿਆਣਾ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਦਿੱਲੀ ਦੇ ਵਿੱਚ ਫਿਰ ਸ਼ੁਰੂ ਹੋਵੇਗਾ ਔਡ ਈਵਨ ਫਾਰਮੂਲਾ। ਹਾਈ ਕੋਰਟ ਵੱਲੋਂ ਖਹਿਰਾ ਦੇ ਗੈਰ ਜ਼ਮਾਨਤੀ ਵਾਰੰਟ ਦੇ ਉੱਤੇ ਫੈਸਲਾ ਰਾਖਵਾਂ। ਲੁਧਿਆਣਾ ਵਿੱਚ ਸਿਲੰਡਰ ਫਟਿਆ, 3 ਜਣੇ ਜ਼ਖਮੀ ਹੋਏ। ਅਤੇ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚ ਇੱਕ ਗਰੁੱਪ ਵੱਲੋਂ ਹਵਾਲਾਤੀ ਉੱਤੇ ਹਮਲਾ। ਅਤੇ ਹੁਣ ਖਬਰਾਂ ਦਾ ਵਿਸਥਾਰ। ਅੱਜ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਪ੍ਰਦੂਸ਼ਣ ਦੇ ਮਾਮਲੇ ਦੇ ਉੱਤੇ ਇੱਕ ਨੋਟਿਸ ਜਾਰੀ ਕੀਤਾ ਗਿਆ। ਇਹਨਾਂ ਸੂਬਿਆਂ ਦੇ ਵਿੱਚ ਦਿੱਲੀ, ਹਰਿਆਣਾ ਅਤੇ ਪੰਜਾਬ ਸ਼ਾਮਲ ਨੇ। ਇਸ ਤੋਂ ਇਲਾਵਾ ਕਮਿਸ਼ਨ ਦੇ ਵੱਲੋਂ ਕੇਂਦਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਵਾਰ ਵਾਰ ਕਮਿਸ਼ਨ ਦੇ ਵੱਲੋਂ ਇਹ ਗੱਲ ਸੰਬੰਧਿਤ ਸੂਬਿਆਂ ਦੀਆਂ ਸਰਕਾਰਾਂ ਕੋਲੋਂ ਪੁੱਛੀ ਜਾ ਰਹੀ ਹੈ ਕਿ ਸੰਬੰਧਿਤ ਸੂਬਿਆਂ ਜਾਂ ਸਮੁੱਚੇ ਦੇਸ਼ ਦੇ ਲੋਕਾਂ ਨੂੰ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਅਧਵਾਟੇ ਨਹੀਂ ਛੱਡਣਾ ਚਾਹੀਦਾ। ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਉੱਤੇ ਕਮਿਸ਼ਨ ਨੇ ਸਖ਼ਤ ਰੁੱਖ ਅਪਣਾਇਆ ਹੋਇਆ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ, ਪੰਜਾਬ, ਹਰਿਆਣਾ ਅਤੇ ਹੋਰ ਵੱਖ ਵੱਖ ਸੂਬਿਆਂ ਦੇ ਵਿੱਚ ਪ੍ਰਦੂਸ਼ਣ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਬੇਹੱਦ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ। ਦਿੱਲੀ ਦੇ ਵਿੱਚ ਤਾਂ ਹਾਲਾਤ ਬਦ ਤੋਂ ਬਦਤਰ ਹੋਏ ਪਏ ਨੇ। ਇਸੇ ਕਰਕੇ ਦਿੱਲੀ ਦੇ ਵਿੱਚ ਸਾਰੇ ਸਕੂਲਾਂ ਨੂੰ 12 ਨਵੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਦੇ ਵਿੱਚ ਵਧੇ ਹੋਏ ਪ੍ਰਦੂਸ਼ਣ ਦੇ ਕਰਕੇ ਲੋਕਾਂ ਦਾ ਜਿਉਣਾ ਦੁੱਭਰ ਹੁੰਦਾ ਜਾ ਰਿਹਾ। ਇਸ ਕਰਕੇ ਕੇਜਰੀਵਾਲ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਔਡ ਈਵਨ ਫਾਰਮੂਲਾ ਰਾਜਧਾਨੀ ਦੇ ਵਿੱਚ ਲਾਗੂ ਕਰਨ ਦੇ ਲਈ ਚਰਚਾ ਕੀਤੀ ਗਈ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ 13 ਨਵੰਬਰ ਤੋਂ ਲੈ ਕੇ 17 ਨਵੰਬਰ ਤੱਕ ਔਡ ਈਵਨ ਫਾਰਮੂਲਾ ਲਾਗੂ ਹੋਏਗਾ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ 2 ਵਾਰ ਔਡ ਈਵਨ ਫਾਰਮੂਲਾ ਲਾਗੂ ਕੀਤਾ ਗਿਆ ਸੀ, ਜਿਸ ਦੇ ਚੰਗੇ ਸਿੱਟੇ ਸਾਹਮਣੇ ਆਏ ਸਨ। ਅੱਜ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਉੱਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਫਾਜ਼ਿਲਕਾ ਦੀ ਅਦਾਲਤ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਨਸ਼ਿਆਂ ਦੇ ਮਾਮਲੇ ਦੇ ਉੱਤੇ ਸੰਮਣ ਜਾਰੀ ਕੀਤੇ ਗਏ ਸਨ, ਜਿਸ ਕਰਕੇ ਪੰਜਾਬ ਦੇ ਵਿੱਚ ਰਾਜਨੀਤੀ ਪੱਕ ਗਈ ਸੀ। ਅੱਜ ਦੋਹਾਂ ਹੀ ਪੱਖਾਂ ਦੇ ਵਕੀਲਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਅਦਾਲਤ ਦੇ ਵਿੱਚ ਪੱਖਵੀਂ ਬਹਿਸ ਕੀਤੀ ਗਈ। ਸੁਖਪਾਲ ਸਿੰਘ ਖਹਿਰਾ ਦੇ ਵਕੀਲ ਦੇ ਵੱਲੋਂ ਤਰਕ ਪੇਸ਼ ਕੀਤਾ ਗਿਆ ਕਿ ਕਿਸੇ ਵੀ ਮੋਬਾਈਲ ਕੰਪਨੀ ਦੇ ਵੱਲੋਂ ਕਾਲ ਡਿਟੇਲ ਨੂੰ ਤਸਦੀਕ ਨਹੀਂ ਕੀਤਾ ਗਿਆ, ਜਦਕਿ ਸਰਕਾਰੀ ਪੱਖ ਦੇ ਵਕੀਲ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਸੁਖਪਾਲ ਸਿੰਘ ਖਹਿਰਾ ਦੇ ਕਾਲ ਡਿਟੇਲ ਵੇਰਵੇ ਇਹਨਾਂ ਤਸਕਰਾਂ ਦੇ ਮੋਬਾਈਲ ਫੋਨਾਂ ਦੇ ਵਿੱਚੋਂ ਮਿਲੇ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਮਾਣਯੋਗ ਅਦਾਲਤ ਦੇ ਵੱਲੋਂ ਅੱਜ ਬਹਿਸ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖਿਆ ਗਿਆ ਹੈ। ਅੱਜ ਸੁਣਵਾਈ ਦੇ ਦੌਰਾਨ ਰਾਏ ਸਾਹਿਬ ਨੇ ਸਾਡੀ ਤਰਫੋਂ ਜੋ ਆਰਗੂਮੈਂਟਸ ਰੱਖੇ ਸਨ ਉਹਨਾਂ ਨੇ ਸਾਰਾ ਆਰਗੂਮੈਂਟਸ ਜਿਹੜੇ ਕੋਰਟ ਦੇ ਸਾਹਮਣੇ ਰੱਖੇ। ਉਸ ਤੋਂ ਬਾਅਦ ਜਿਹੜਾ ਓਪੋਜਿਟ ਕਾਉਂਸਲ ਨੇ, ਸਟੇਟ ਕਾਉਂਸਲ, ਉਹਨਾਂ ਨੇ ਆਪਣਾ ਰਿਪਲਾਈ ਕੀਤਾ ਅਤੇ ਦੋਨਾਂ ਪਾਰਟੀਆਂ ਨੂੰ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਫੈਸਲਾ ਜਿਹੜਾ ਹੈ ਰਿਜ਼ਰਵ ਰੱਖ ਲਿਆ। ਅੱਜ ਲੁਧਿਆਣਾ ਦੇ ਹੈਬੋਵਾਲ ਖੇਤਰ ਦੇ ਵਿੱਚ ਸਥਿਤ ਲਕਸ਼ਮੀ ਨਗਰ ਦੇ ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦੇ ਮੁਤਾਬਕ ਇੱਥੇ ਇੱਕ ਘਰ ਦੇ ਵਿੱਚ ਗੈਸ ਸਿਲੰਡਰ ਫਟ ਗਿਆ, ਜਿਸ ਕਰਕੇ ਇੱਕੋ ਪਰਿਵਾਰ ਦੇ 3 ਜੀਅ ਬੁਰੀ ਤਰ੍ਹਾਂ ਝੁਲਸ ਗਏ। ਲੋਕਾਂ ਦੇ ਵੱਲੋਂ ਇਸ ਮੌਕੇ ਦੇ ਉੱਤੇ ਇਕੱਠੇ ਹੋ ਕੇ ਇਹਨਾਂ ਪੀੜਤ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਹੁਣ ਇਸ GMC ਵੀ ਜਾ ਕੇ ਆਏ ਹਾਂ, ਜਿਹੜੇ ਸ਼ਤਰੂਗਾਨਾ ਰਹਿੰਦਾ ਇੱਥੇ ਰੈਂਟ 'ਤੇ। ਇਹ ਜਿਸ ਤਰ੍ਹਾਂ ਸਾਰਾ ਅਸੀਂ ਸਵੇਰ ਤੋਂ ਦੇਖ ਰਹੇ ਹਾਂ, ਇਹਦੇ ਵਿੱਚ ਇਹ ਲੱਗ ਰਿਹਾ ਵੀ ਜਿਹੜਾ ਸਿਲੰਡਰ ਜਾਂ ਗੈਸ ਦਾ ਜਿਹੜਾ ਅਸੀਂ ਸਵਿੱਚ ਔਨ ਰਹਿ ਗਿਆ ਰਾਤ ਨੂੰ, ਉਹ ਬੜੀ ਰਾਤ ਨੂੰ ਗੈਸ ਵਗੈਰਾ ਰਿਸਦੀ ਰਹੀ। ਉਹ ਸਵੇਰੇ ਇਹਨਾਂ ਨੇ ਸਵਿੱਚ ਔਨ ਕੀਤੀ ਹੈ, ਉਹਦੇ ਸਪਾਰਕ ਨਾਲ ਜਿਹੜਾ ਸੀ ਇੱਕਦਮ ਉਹ ਧਮਾਕਾ ਹੋਇਆ। ਉਹਦੇ ਨਾਲ ਇਹਦੀ ਛੱਤ ਵੀ ਢਹਿ ਗਈ ਹੈ ਅਤੇ ਉਹਨਾਂ ਦੀ ਬਰਨ ਇੰਜਰੀ ਆਈਆਂ ਨੇ। ਜਿਹੜਾ ਸ਼ਤਰੂਗਨ ਉਹਦੀ ਸੁਖਮਰੀ, ਉਹਦੀ ਮਿਸਿਸ ਅਤੇ ਬੇਟੀ ਆਕਾਸ਼, 3 ਇੰਜਰਡ ਹੈਗੇ ਜੀ। 2 ਜਿਹੜੇ ਹੈਗੇ ਨੇ ਜੀ ਥੋੜ੍ਹੇ ਜਿਹੇ ਸੀਰੀਅਸ ਲੱਗ ਰਹੇ ਆ, ਬੇਟੀ ਉਹਨਾਂ ਦੀ ਹਾਲੇ ਠੀਕ ਲੱਗ ਰਿਹਾ। ਪੰਜਾਬ ਦੀਆਂ ਜੇਲ੍ਹਾਂ ਦੇ ਮੱਥੇ ਦੇ ਉੱਤੇ ਬੇਸ਼ੱਕ ਸੁਧਾਰ ਕਰ ਲਿਖਿਆ ਹੋਵੇ, ਪਰ ਇਹਨਾਂ ਜੇਲ੍ਹਾਂ ਦੇ ਵਿੱਚ ਕਿੰਨਾ ਕੁ ਸੁਧਾਰ ਚੱਲਦਾ, ਇਹਦੇ ਬਾਬਤ ਸਮੇਂ-ਸਮੇਂ ਉੱਤੇ ਕਈ ਕਿਸਮ ਦੀਆਂ ਖਬਰਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਨੇ। ਅੱਜ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਤੋਂ ਪ੍ਰਾਪਤ ਹੋਈ ਖਬਰ ਇਸੇ ਤੱਥ ਨੂੰ ਤਸਦੀਕ ਕਰਦੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੁਝ ਵੀ ਸਹੀ ਨਹੀਂ ਹੈ। ਜਾਣਕਾਰੀ ਦੇ ਮੁਤਾਬਕ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚ ਇੱਕ ਹਵਾਲਾਤੀ ਦੇ ਉੱਤੇ ਕੈਦੀਆਂ ਦੇ ਦੂਜੇ ਗਰੁੱਪ ਦੇ ਵੱਲੋਂ ਹਮਲਾ ਕੀਤਾ ਗਿਆ ਹੈ। ਪੰਮਾ ਨਾਰੂ ਨੰਗਲ ਦੇ ਗਰੁੱਪ ਦੇ ਉੱਤੇ ਇਹ ਦੋਸ਼ ਲੱਗਾ ਹੈ ਕਿ ਉਹਨਾਂ ਦੇ ਵੱਲੋਂ ਹਵਾਲਾਤੀ ਸੁਖਦੇਵ ਸਿੰਘ ਢਿੱਲੋਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਹੁਣ ਸੁਖਦੇਵ ਸਿੰਘ ਢਿੱਲੋਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਸਨੇ ਇਹ ਵੀ ਗੱਲ ਕਹੀ ਕਿ ਗੈਂਗਸਟਰਾਂ ਦੇ ਵੱਲੋਂ ਮੇਰੇ ਉੱਤੇ ਇਹ ਹਮਲਾ ਕੀਤਾ ਗਿਆ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਿਸ ਤਰੀਕੇ ਨਾਲ ਹੁੰਦੀ ਹੈ, ਇਹਦੇ ਬਾਬਤ ਵੀ ਅੱਜ ਦੀ ਘਟਨਾ ਨਾਲ ਜੁੜੀ ਜਾਣਕਾਰੀ ਪ੍ਰਾਪਤ ਹੋਈ ਹੈ। ਅੰਦਰ ਅੱਜ ਪਹਿਲਾਂ
12 ਕੁ ਵਜੇ ਮੁੰਡੇ ਨੇ ਬੁਲਾਇਆ, ਦੋ ਉਹਨੇ ਮੂੰਹ ਬੰਨੇ ਹੋ ਗਏ ਜੇਲ੍ਹ ਦੇ ਅੰਦਰ, ਉਹ ਪਏ ਅਤੇ ਉਸ ਤੋਂ ਬਾਅਦ ਹੁਣ 1 ਵਜੇ ਉਹ ਮਰ ਗਏ ਜਿੱਥੇ ਮੇਰੀ ਵੈਲ ਗਈ 17 ਨੰਬਰ 'ਚ, ਠੀਕ ਹੈ, ਉੱਥੇ ਹੈਗਾ 5-6 ਜਾਣੇ, ਉਹ ਮੈਨੂੰ ਆਣ ਕੇ ਪਏ ਅਤੇ ਮੇਰੇ ਕੜੇ ਕੂੜੇ ਮਾਰੇ ਸਿਰ 'ਚ। ਕੌਣ ਸੀਗੇ ਉਹ? ਸੀਗੇ ਜੀ, ਇੱਕ ਦਾ ਨਾਂ ਪਹਿਲਾਂ ਜਿਹਨੇ ਬੁਲਾਇਆ ਗਾ ਉਹ ਪੰਮਾ ਸੀਗਾ, ਇਹ ਇੱਕ ਰਾਣਾ ਆ ਕਾਂਗਾ ਦਾ, ਬਾਕੀ ਮੈਨੂੰ ਪਤਾ ਨਹੀਂ, ਮੈਨੂੰ ਉਹਨਾਂ ਜਾਣਦਾ ਵੀ ਨਹੀਂ ਹੈਗਾ। ਹੁਣ ਤੁਹਾਡੇ 'ਤੇ ਹਮਲਾ ਹੋਇਆ ਆ, ਤੁਸੀਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਆ, ਕੀ ਮੰਗ ਕਰਦੇ? ਇਨਸਾਫ ਮਿਲੇ ਬਸ। ਸੁਖਦੇਵ ਸਿੰਘ ਢਿੱਲੋਂਆਂ ਜੀ, ਇਹ ਜੇਲ੍ਹ ਦੇ ਅੰਦਰ 1:30 ਵਜੇ ਨਾਲ ਇਹਨਾਂ ਦੀ ਕਦੇ ਪਹਿਲਾਂ ਹੋਈ ਹੋਊਗੀ, ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਉਹ ਤੋਂ ਬਾਅਦ ਜਦੋਂ ਇਹ 1:30-2 ਵਜੇ ਦੇ ਨਾਲ ਇਹਨਾਂ ਦੀ ਲੜਾਈ ਹੋਈ ਹੈ, ਉਦੋਂ ਸਾਨੂੰ ਪਤਾ ਲੱਗਾ, ਉਦੋਂ ਬਾਅਦ ਅਸੀਂ ਚੱਕ ਕੇ ਹਸਪਤਾਲ ਆਏ। ਹੋਇਆ ਕੀ ਇਹਨਾਂ ਨੂੰ? ਅੰਦਰੇ ਇਹਨਾਂ ਦੇ ਕੋਲ ਐਂਟੀ ਗਰੁੱਪ ਹੋਊਗਾ, ਉਹਦਾ ਬਾਰੇ ਆਪਾਂ ਨੂੰ ਇਹਦੇ ਬਾਰੇ ਹੈ ਨਹੀਂ। ਅਤੇ ਮਾਰਿਆ ਕੀ ਇਹਨਾਂ ਦੇ? ਕੋਈ ਕੜਾ ਕੋਚ ਕਿੱਦਾਂ ਕੁਛ ਇਹ ਨਹੀਂ ਪਤਾ ਲੱਗਦਾ, ਅੰਦਰੋਂ ਗਲਾਸ ਵੀ ਚੱਲਦੇ ਆ ਕੁਛ ਵੀ, ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੀ ਹਮਰੁਤਬਾ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਅਤੇ ਮਨੋਹਰ ਲਾਲ ਖੱਟਰ ਜੋ ਕਿ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਨੇ, ਇਹਨਾਂ ਨੂੰ ਇੱਕ ਚਿੱਠੀ ਲਿਖੀ ਗਈ ਅਤੇ ਇਸ ਚਿੱਠੀ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਉਹ ਤੁਹਾਨੂੰ ਮਿਲਣ ਦੇ ਚਾਹਵਾਨ ਨੇ ਅਤੇ ਉਹ ਮਿਲ ਕੇ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਦੇ ਕੋਲ ਇਹ ਮਸਲਾ ਚੁੱਕਣਾ ਚਾਹੁੰਦੇ ਨੇ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਿੱਤੀ ਜਾਵੇ ਅਤੇ ਇਹਨਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਦੇ ਵੱਲੋਂ ਪਹਿਲ ਦੇ ਆਧਾਰ ਦੇ ਉੱਤੇ ਹੱਲ ਵੀ ਕੀਤਾ ਜਾਵੇ। ਪਰ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਗੇਂਦ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਸੁੱਟ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਦੀ ਚਿੰਤਾ ਦੇ ਨਾਲ ਅਸੀਂ ਸਹਿਮਤ ਹਾਂ, ਇਹ ਚਿੰਤਾ ਵਾਜਬ ਹੈ, ਪਰ ਇਸ ਮਸਲੇ ਦਾ ਹੱਲ ਉਨੀ ਦੇਰ ਤੱਕ ਬਿਲਕੁਲ ਨਹੀਂ ਨਿਕਲ ਸਕਦਾ ਜਿੰਨੀ ਦੇਰ ਤੱਕ ਕੇਂਦਰ ਦੇ ਵੱਲੋਂ ਇਸ ਮਾਮਲੇ ਵਿੱਚ ਦਖਲ ਨਹੀਂ ਦਿੱਤਾ ਜਾਂਦਾ। ਪ੍ਰਦੂਸ਼ਣ ਦੇ ਮੁੱਦੇ ਦੇ ਉੱਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੱਤ ਲਿਖਿਆ ਹੈ। ਇਸ ਖੱਤ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਸੰਬੰਧਿਤ ਸੂਬਿਆਂ ਦੇ ਮੁੱਖ ਮੰਤਰੀਆਂ, ਕੇਂਦਰੀ ਵਾਤਾਵਰਣ ਮੰਤਰੀ ਅਤੇ ਸਿਹਤ ਮੰਤਰੀ ਨੂੰ ਵੀ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਇਸ ਮੀਟਿੰਗ ਦੇ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਤਾਂ ਜੋ ਵੱਖ ਵੱਖ ਸੂਬਿਆਂ ਦੇ ਵਿੱਚ ਜੋ ਵਿਕਰਾਲ ਸਥਿਤੀ ਪ੍ਰਦੂਸ਼ਣ ਕਰਕੇ ਬਣੀ ਹੋਈ ਹੈ ਇਹਦੇ ਬਾਬਤ ਕੋਈ ਸਹੀ ਅਤੇ ਢੁੱਕਵਾਂ ਫੈਸਲਾ ਕੀਤਾ ਜਾ ਸਕੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਸ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰਨ ਬਾਰੇ ਵੀ ਲਿਖਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਵਿਧਾਨ ਸਭਾ ਚੋਣਾਂ ਦਾ ਕੰਮ ਅਮਨ ਪੂਰਵਕ ਨੇਪਰੇ ਚੜ੍ਹ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਗਈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸ਼ਿਮਲਾ ਦੇ ਵਿੱਚ ਵੋਟ ਅਧਿਕਾਰ ਦੀ ਵਰਤੋਂ ਕੀਤੀ ਗਈ, ਜਦਕਿ ਭਾਜਪਾ ਦੇ ਵੱਲੋਂ ਮੁੱਖ ਮੰਤਰੀ ਉਮੀਦਵਾਰ ਦੇ ਤੌਰ ਦੇ ਉੱਤੇ ਐਲਾਨੇ ਗਏ ਪ੍ਰੇਮ ਕੁਮਾਰ ਧੂਮਲ ਦੇ ਵੱਲੋਂ ਹਮੀਰਪੁਰ ਖੇਤਰ ਦੇ ਵਿੱਚ ਆਪਣੀ ਵੋਟ ਪਾਈ ਗਈ ਹੈ। Let's hope for the best and I'm sure that Congress party ko jo hai poorn bahumat prapt hoga aur agli sarkar bhi Congress ki hogi, kai innings ho gayi hain aur na kevel main ye chhati baar Himachal ka mukhyamantri bana hu balki main isse pehle kendra mein MP raha hu aur ਲੋਕਸਭਾ ਕੈਂਪ ਪਰ 2-3 ਦਫ਼ਾ ਰਹਾ ਹੂੰ, ਵਹਾਂ ਪਰ ਮੈਂ ਡਿਪਟੀ ਮਿਨਿਸਟਰ ਰਹਾ ਹੂੰ, ਮਿਨਿਸਟਰ ਆਫ ਸਟੇਟ ਰਹਾ ਹੂੰ, ਕੈਬਨਿਟ ਮਿਨਿਸਟਰ ਰਹਾ ਹੂੰ, ਇੱਕ ਲੰਬਾ ਪੋਲੀਟਿਕ ਕਰੀਅਰ ਹੈ, ਆਈ ਐਮ ਸੈਟਿਸਫਾਈਡ ਵਿਦ ਮਾਈ ਕਰੀਅਰ। ਕਮਲ ਖਿਲ ਰਿਹਾ ਹੈ, ਕਮਲ ਖਿਲੇਗਾ, ਅੰਧੇਰਾ ਛਟੇਗਾ, ਸੂਰਯ ਨਿਕਲੇਗਾ, ਕਮਲ ਖਿਲੇਗਾ, ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ ਔਰ ਵਿਕਾਸ ਕੀ ਰਾਹੇ ਖੁਲੇਗੀ। ਨਿਸ਼ਚਿਤ ਤੌਰ ਪਰ 60+ ਅਚੀਵ ਕਰੇਂਗੇ, ਪਹਿਲੇ 50+ ਕੀ ਬਾਤ ਕਹੀ ਥੀ, ਲੇਕਿਨ ਜੈਸਾ ਸਮਰਥਨ ਸਭ ਵਰਗੋਂ ਕਾ ਮਿਲ ਰਿਹਾ ਇਸਕੇ ਬਾਅਦ ਲਗਤਾ ਹੈ ਕਿ ਨਿਸ਼ਚਿਤ ਤੌਰ 'ਤੇ ਭਾਰਤੀ ਜਨਤਾ ਪਾਰਟੀ ਸਰਕਾਰ ਇਸ ਵਾਰ ਰਿਕਾਰਡ ਬਹੁਮਤ ਕੇ ਸਾਥ ਬਣੇਗੀ। ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਨੋਟਬੰਦੀ ਦੇ ਦੌਰਾਨ ਭਾਰਤ ਦੇ ਵੱਖ ਵੱਖ ਲੋਕਾਂ ਦੇ ਵੱਲੋਂ ਖਾਸ ਕਰਕੇ ਅਮੀਰ ਅਜ਼ਾਦਿਆਂ ਦੇ ਵੱਲੋਂ ਕਿਸ ਤਰੀਕੇ ਨਾਲ ਆਪਣੇ ਕਾਲੇ ਧਨ ਨੂੰ ਚਿੱਟਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਨੋਟਬੰਦੀ ਦੇ ਮੌਕੇ 7% ਲੋਕਾਂ ਦੇ ਵੱਲੋਂ ਸੋਨਾ ਖਰੀਦ ਕੇ ਆਪਣੇ ਧਨ ਨੂੰ ਚਿੱਟਾ ਕੀਤਾ ਗਿਆ। ਇਸ ਤੋਂ ਇਲਾਵਾ 35% ਦੇ ਕਰੀਬ ਲੋਕਾਂ ਨੇ ਰੀਅਲ ਅਸਟੇਟ ਖੇਤਰ ਦੇ ਵਿੱਚ ਪੈਸਾ ਨਿਵੇਸ਼ ਕੀਤਾ ਅਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਫਰਜ਼ੀ ਕੰਪਨੀਆਂ ਦੇ ਨਾਂ ਦੇ ਉੱਤੇ ਪੈਸੇ ਨੂੰ ਨਿਵੇਸ਼ ਕੀਤਾ ਗਿਆ ਹੈ। ਅੱਜ ਲੁਧਿਆਣੇ ਦੀ ਰੂਪਾ ਮਿਸਤਰੀ ਗਲੀ ਦੇ ਵਿੱਚ ਦੋ ਜਣਿਆਂ ਦੇ ਵੱਲੋਂ ਪੁਲਿਸ ਵਾਲੇ ਬਣ ਕੇ ਇੱਕ ਰਾਜਸਥਾਨ ਦੇ ਵਪਾਰੀ ਨੂੰ ਲੁੱਟਿਆ ਗਿਆ।
ਅਤੇ ਉਸਦੇ ਕੋਲੋਂ 2 ਲੱਖ ਰੁਪਏ ਲੁੱਟ ਕੇ ਇਹ ਲੋਕ ਰਫੂ ਚੱਕਰ ਹੋ ਗਏ ਨੇ। ਜਾਣਕਾਰੀ ਦੇ ਮੁਤਾਬਕ ਇਹਨਾਂ 2 ਲੋਕਾਂ ਦੇ ਵੱਲੋਂ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ ਅਤੇ ਰਾਜਸਥਾਨ ਦੇ ਵਪਾਰੀ ਦੀ ਪਹਿਲਾਂ ਤਲਾਸ਼ੀ ਲਈ ਗਈ ਅਤੇ ਤਲਾਸ਼ੀ ਦੇ ਬਹਾਨੇ ਇਹਨਾਂ ਦੇ ਵੱਲੋਂ ਇਹ ਲੁੱਟ ਕੀਤੀ ਗਈ ਹੈ। ਘੰਟਾਘਰ ਸੇ ਰਿਕਸ਼ਾ ਕੀਆ ਮੈਨੇ, ਰਿਕਸ਼ਾ ਕਰਨੇ ਕੇ ਬਾਅਦ ਕਹਿੰਦੇ ਮਤਲਬ ਯਹਾਂ ਪਰ ਰੁਕਾ, 2 ਬੰਦੇ ਪਿੱਛੇ ਸੇ ਆ ਰਹੇ ਥੇ, ਪਿੱਛੇ ਸੇ ਆ ਰਹੇ ਥੇ ਰੁਕੋ ਰੁਕੋ, ਫਿਰ ਰਿਕਸ਼ੇ ਵਾਲੇ ਕੇ ਵੀ ਥੱਪੜ ਮਾਰਾ ਉਸਨੇ, ਫਿਰ ਰਿਕਸ਼ਾ ਮੈਨੇ ਰੋਕ ਲਿਆ, ਰੋਕਨੇ ਕੇ ਬਾਅਦ ਕਹਿੰਦੇ ਲਗਾ ਕੇ ਤਲਾਸ਼ੀ ਦਿਓ, ਮੈਨੇ ਨਾਮ ਵੀ ਪੁੱਛਾ, ਭਈਆ ਨਾਮ ਕਿਆ ਹੈ, ਨਾਮ ਤੋਂ ਤੇਰੇ ਕੋਲ ਬਾਅਦ ਮੇਂ ਬਤਾਏਂਗੇ, ਪਹਿਲੇ ਤਲਾਸ਼ੀ ਦੇ। ਤਲਾਸ਼ੀ ਲੈਣੇ ਕੇ ਬਾਅਦ ਮੈਨੇ ਪੈਸੇ ਮੇਰੇ ਮੁੱਠੀ ਮੇਂ ਲੈ ਲੀਏ ਔਰ ਸਭ ਕੁਛ ਉਸਕੋ ਦੇ ਦਿਆ, ਸਭ ਕੁਛ ਚੈੱਕ ਕਰ ਲਏ। ਪੁਲਿਸ ਵਾਲਾ ਬਤਾ ਰਹੇ ਥੇ ਆਪਣੇ ਆਪ ਕੋ, ਆਗੇ ਚੌਹਾਨ ਸਾਹਿਬ ਵੀ ਖੜੇ ਹੈ, ਯੇ ਕਹਿ ਰਹੇ ਹੈ। ਫਿਰ ਵੋ ਤਲਾਸ਼ੀ ਲੈਣੇ, ਅਜੀਬ ਤਰੀਕੇ ਕੀ ਸਮਾਈਲ ਆ ਰਹੀ ਥੀ ਉਨਕੇ ਹੱਥੋਂ ਸੇ, ਫਿਰ ਵੋ ਪੈਸੇ ਮੇਰੇ ਬੈਗ ਮੇਂ ਡਾਲ ਦੀਏ, 5-10 ਸੈਕਿੰਡ ਬਾਅਦ ਮੇਂ ਮੈਨੇ ਦੇਖਾ ਤੋ ਪੈਸੇ ਗਾਇਬ ਮੇਰੇ, 2 ਲੱਖ ਰੁਪਏ ਥੇ। ਪੁਲਿਸ ਯੇ ਕਹਿ ਰਹੀ ਹੈ ਫੁਟੇਜ ਦੇਖਾ ਹੈ ਔਰ ਦੇਖਾ ਹੈ, ਤਲਾਸ਼ੀ ਕੀ ਕਰੇਂਗੇ ਉਨਕੀ। ਇੱਥੇ ਇੱਕ ਭਰਤ ਨਾਂ ਦਾ ਬੰਦਾ ਰਾਜਸਥਾਨ ਤੋਂ ਕੋਈ ਬਿਜ਼ਨਸ ਦੇ ਸੰਬੰਧ 'ਚ ਆਇਆ ਸੀਗਾ, ਰੈਡੀਮੇਡ ਦਾ ਕੰਮ ਕਰਦਾ ਹੈ। ਇਹ ਸਵੇਰੇ 9 ਵਜੇ ਰਿਕਸ਼ੇ 'ਤੇ ਜਾ ਰਿਹਾ ਸੀਗਾ। ਇਹਦੇ ਦੱਸਣ ਮੁਤਾਬਕ ਵੀ ਮੇਰੇ ਨਾਲ 2 ਬੰਦਿਆਂ ਨੇ ਆ ਕੇ ਮੋਟਰਸਾਈਕਲ 'ਤੇ ਆਏ ਅਤੇ ਉਹਨਾਂ ਨੇ ਮੇਰੀ ਤਲਾਸ਼ੀ ਲਈ ਅਤੇ ਮੇਰੇ ਕੋਲੋਂ ਪੈਸੇ ਲੈ ਕੇ ਮੇਰੇ ਇਸ ਤਰ੍ਹਾਂ ਧੋਖੇ ਨਾਲ ਮੇਰੇ ਰੱਖ 'ਤੇ ਗੱਡੀ ਦੇ ਵਿੱਚ, ਉਹਦੇ 'ਚ ਬੈਗ 'ਚ, ਅਤੇ ਮੈਂ ਗਾਂਹ ਜਾ ਕੇ ਵੇਖੇ ਅਤੇ ਮੇਰੇ ਪੈਸੇ ਹੈ ਨਹੀਂ ਸੀ। ਉਹਦੀ ਵੈਰੀਫਾਈ ਕਰ ਰਹੇ ਹਾਂ, CCTV ਕੈਮਰੇ ਦੀ ਫੁਟੇਜ ਵੇਖ ਰਹੇ ਹਾਂ ਅਤੇ ਬਾਕੀ ਹੋਰ ਵੀ ਤਲਾਸ਼ ਕਰ ਰਹੇ ਹਾਂ। ਜਲੰਧਰ ਅੰਮ੍ਰਿਤਸਰ ਸੜਕ ਦੇ ਉੱਤੇ ਅੱਜ ਬੀਬੀਪੁਰ ਫਾਟਕ ਦੇ ਕੋਲ ਇੱਕ ਬੱਸ ਅਤੇ ਟਰੱਕ ਦਾ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਦੇ ਵਿੱਚ 25 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਅਤੇ 1 ਵਿਅਕਤੀ ਦੀ ਮੌਤ ਹੋਈ ਹੈ। ਇਹ ਹਾਦਸਾ ਧੁੰਦ ਕਾਰਨ ਵਾਪਰਿਆ ਅਤੇ ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਇੱਕ ਹੋਰ ਵਾਹਨ ਆ ਕੇ ਇਹਨਾਂ ਹਾਦਸਾ ਗ੍ਰਸਤ ਵਹੀਕਲਾਂ ਦੇ ਵਿੱਚ ਟਕਰਾਇਆ, ਜਿਸ ਕਰਕੇ 3ਜੇ ਵਾਹਨ ਦੇ ਚਾਲਕ ਨੂੰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਕਰਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਅੱਜ ਸਵੇਰੇ ਕਾਫੀ ਜ਼ਿਆਦਾ ਧੁੰਦ ਪਈ ਹੋਣ ਕਰਕੇ ਇੱਕ ਟਰੱਕ ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਸੀਗਾ ਅਤੇ ਉਹ ਪਹਿਲਾਂ ਡਿਵਾਈਡਰ ਵਿੱਚ ਜਾ ਵੱਜਾ ਧੁੰਦ ਕਰਕੇ, ਫਿਰ ਉਹ ਟਰੱਕ ਬੈਕ ਲੱਗਾ ਕਰਨ ਅਤੇ ਪਿੱਛੋਂ ਇੱਕ ਬੱਸ ਆ ਰਹੀ ਸੀਗੀ ਵੈਸਟ ਬੰਗਾਲ ਤੋਂ, ਸ਼ਰਧਾਲੂ ਆ ਰਹੇ ਸੀਗੇ ਅੰਮ੍ਰਿਤਸਰ ਜਾ ਰਹੇ ਸੀਗੇ ਉਹ, ਅਤੇ ਉਹ ਬੱਸ ਟਰੱਕ ਦੇ ਵਿੱਚ ਜਾ ਵੱਜੀ ਪਿੱਛੋਂ। ਇਹਦੇ ਵਿੱਚ 15 ਜ਼ਖਮੀ ਸਿਵਲ ਹਸਪਤਾਲ ਜਲੰਧਰ 'ਚ ਦਾਖਲ ਨੇ, ਜਿਨ੍ਹਾਂ ਵਿੱਚੋਂ 8 ਔਰਤਾਂ ਅਤੇ 7 ਜੈਂਟਸ ਨੇ, ਅਤੇ 4 ਜ਼ਖਮੀ ਸੈਕਿੰਡ ਹਾਰਟ ਹਸਪਤਾਲ ਮਕਸੂਦਾਂ ਵਿੱਚ ਦਾਖਲ ਹਨ, ਜਿਹਦੇ ਵਿੱਚ 2 ਸੀਰੀਅਸ ਹਨ, ਅਤੇ ਪੁਲਿਸ ਮੌਕੇ 'ਤੇ ਕਾਰਵਾਈ ਕਰ ਰਹੀ ਹੈ। ਹਾਂਜੀ, 1 ਜਾਨੀ ਨੁਕਸਾਨ ਹੋਇਆ ਜੀ। ਟਰੱਕ ਦੇ ਵਿੱਚ ਟੋਟਲ 3 ਡਰਾਈਵਰ ਸਨ ਅਤੇ ਉਹਨਾਂ ਵਿੱਚੋਂ 1 ਡਰਾਈਵਰ ਦੀ ਮੌਤ ਹੋ ਗਈ ਹੈ ਅਤੇ 2 ਮੌਕੇ ਤੋਂ ਭੱਜ ਗਏ ਹੈ। ਇਸ ਕਰਕੇ ਇਹ ਨਹੀਂ ਹਾਲੇ ਤੱਕ ਨਾ ਪਤਾ ਲੱਗ ਸਕਿਆ ਕਿ ਉਹ ਜਿਹੜੀ ਡੈਥ ਹੋਈ ਹੈ ਕਿਹੜਾ ਕੀ ਨਾਂ ਉਹਦਾ, ਵੈਰੀਫਾਈ ਕੀਤਾ ਜਾ ਰਿਹਾ ਹੈ। ਜਿਸ ਦੀ ਵੀ ਗਲਤੀ ਹੋਵੇਗੀ ਉਹਦੇ ਖਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇਗੀ। ਏਸੀ ਅਜੀਤ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਅਤੇ ਨਵੀਆਂ ਨਕੋਰ ਖ਼ਬਰਾਂ ਲੈ ਕੇ ਅਸੀਂ ਕੱਲ੍ਹ ਨੂੰ ਇਸੇ ਵਕਤ ਫਿਰ ਹਾਜ਼ਰ ਹੋਵਾਂਗੇ। ਹੁਣ ਸਾਨੂੰ ਦਿਓ ਆ ਗਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ।